ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਿਹਨਾਂ ਅੰਗਰੇਜ਼ਾਂ ਕੋਲੋਂ ਜ਼ਮੀਨਾਂ ਲੈ ਲਈਆਂ ਤੇ ਖਾਜਾ ਸ਼ਮਸ਼ੁਦੀਨ ਸਿਆਲਵੀ ਵਰਗੇ ਆਖਿਆ ਉੱਠ ਜਾਓ ਤਾਂ ਤੇਰੀ ਬਾਦਸ਼ਾਹੀ ਪੈਰਾਂ ਦੀ ਲੋਕ ਰੱਖਣੇ ਆ, ਅਸੀਂ ਤੇਰੀ ਜ਼ਮੀਨ ਨਹੀਂ ਲੈਣ ਵਾਲੇ। ਸਾਡਾ ਅੱਜ ਵੀ ਨਾਰਾ ਅਮੀਨਾ ਦੇ ਲਾਲ ਦਾ, ਸਾਡਾ ਕੱਲ ਵੀ ਨਾਰਾ ਅਮੀਨਾ ਦੇ ਲਾਲ ਦਾ। ਹੁਣ ਇਮਾਨਦਾਰੀ ਨਾਲ ਪੜਿਆ ਜੇ, ਜਿਸ ਬੰਦੇ ਇਹ ਨਾ ਨਾ ਪੜਿਆ ਮੈਂ ਉਹਦੇ ਕੋਲੋਂ ਨਿਕਾਹ ਦੇ ਰੁਕਨ ਸੁਣ ਲੈਣੇ। ਉਹ ਹੁੰਦੇ ਸਾਡੇ ਮੁੱਲ ਵੀ ਨਹੀਂ ਕੋਈ ਤੁਹਾਨੂੰ ਕਦੋਂ ਦੱਸਿਆ ਉਲਮਾ ਦੀ ਗੱਲ ਨਹੀਂ। ਮੈਂ ਉਹਨਾਂ ਦੀ ਗੱਲ ਪਿਆ ਕਰਨਾ ਜਿਹਨਾਂ ਨੂੰ ਕੋਈ ਕਾਰੋਬਾਰ ਨਾ ਲੱਗਦੇ, ਤੂੰ ਬਾਰਾ ਕਿਸ਼ਤਾ ਸੁਣ ਕੇ ਤਾਂ ਕੌਮ ਦਾ ਮੁਕਤੀ ਬਣ ਗਿਆ ਅੰਦਰ। ਉਹ ਮੁੜ ਮੁੜ ਤੁਹਾਨੂੰ ਪਤਾ ਹੋਣਾ, ਉਹ ਜਿੱਥੇ ਮੁੜੋ ਖਤੀਬ ਖੱਜਦਾ ਨਾ ਉੱਥੇ ਖੱਜਦੇ ਵੀ ਨਹੀਂ, ਜਿੱਥੇ ਮੁੜੋ ਸੌਂਡ ਨਾਲ ਸੌਂਡ ਵਾਲੇ ਨਾਲ ਲੜੇ ਉਹ ਐਵੇਂ ਸੌਂਡ ਵਾਲੇ ਨਾਲ ਲੜ ਪਾਉਂਦੇ ਨਾਲ ਕਿ ਸੌਂਡ ਸਹੀ ਚੱਲਦਾ ਵੀ ਨਹੀਂ। ਤੁਹਾਡਾ ਸੌਂਡ ਬੜਾ ਕਮਾਲ, ਮੈਂ ਫਰਮਾਇਸ਼ੀ ਲਵੇ ਨਾ ਰਾਤੀ ਹੁਣ ਜਿਹੜਾ ਸੌਂਡ ਆਉਂਦਾ ਤੁਸੀਂ ਨਾਲ ਹੁੰਦੇ, ਤੁਸੀਂ ਮੈਨੂੰ ਮਾਰ ਛੱਡਣਾ ਸੀ ਮੈਂ ਸੌਂਡ ਤੇ ਤਕਰੀਰ ਕਰ ਲਿਆ। ਬਿਲਕੁਲ ਜਿਸ ਨਾ ਨਾ ਪੜਿਆ ਮੈਂ ਇੱਥੇ ਆਵਾਂ ਤਾਂ ਮੈਂ ਨਹੀਂ ਸਮਝਣਾ ਮੈਂ ਆਪਣੇ ਘਰ ਜਾਂਦਾ। ਇੰਨੀ ਗੱਲ ਕਰਨੀ ਸੋਹਣਾ ਲੱਗਦਾ ਹੈ ਰਿਜ਼ਵੀ ਬਾਬਾ, ਬਸ ਇਹ ਗੋਖ ਗੱਲ ਹੈ। ਸੋਹਣਾ ਲੱਗਦਾ ਹੈ ਰਿਜ਼ਵੀ ਬਾਬਾ, ਸੋਹਣਾ ਲੱਗਦਾ ਹੈ ਰਿਜ਼ਵੀ ਬਾਬਾ, ਸੋਹਣਾ ਲੱਗਦਾ ਹੈ। ਸੋਹਣਾ ਲੱਗਦਾ ਕੀ ਹੁੰਦਾ? ਫੈਜ਼ਾਬਾਦ ਯੱਡੀ ਚੋਗੋ ਸੋਹਣਾ ਮੁਹੰਮਦ ਅਰਬੀ ਹੋਣਾ, ਉਦੋਂ ਹਜ਼ੂਰ ਨੂੰ ਵੇਖਾਂਗੇ, ਉਦੋਂ ਲੱਭੈਕ ਦੇ ਨਾਰੇ ਮਾਰਾਂਗੇ। ਮੈਂ ਇਹ ਸੋਚ ਸੋਚ ਕੇ ਹੈਰਾਨ ਹਾਂ ਇਹਨਾਂ ਕਮੀਨੇ ਉੱਤੇ ਕਿਹੜਾ ਨਾਰਾ ਮਾਰਨਾ ਜਿਹੜੇ ਅੰਦਰ ਇਹ ਤੋਂ ਸਿਆਸੀ ਨਾਰਾ ਹੈ। ਚਲੋ ਇਹ ਨਾ ਗੁਲਾਮਾਂ ਤੇ ਨਾਰਾ ਤੇ ਮਾਰਦਾ ਰਹਿਣਾ ਲੰਬੇ ਲੰਬੇ ਗਏ ਤੇ ਪੁਲ ਪਾਰ ਤੇ ਜਿਹੜੇ ਇੱਥੇ ਆਉਂਦੇ ਨਾ ਨਾ ਇਹ ਸਿਆਸੀ ਨਾਰਾ ਹੈ ਕੋਈ ਤੇ ਮਜ਼ਹਬੀ ਸਾਖ ਨਾਰਾ ਸਾਨੂੰ ਵੀ ਦੱਸਣ ਜਿਹੜਾ ਤੁਸੀਂ ਮਾਰਨਾ ਹੈ। ਛੱਡ ਦਿਓ ਗੈਰਾਂ ਦੀਆਂ ਜੋੜੀਆਂ ਚ ਪਾੜ ਕੋਈ ਕੋਈ ਨਹੀਂ ਦੇ ਸਕਦਾ ਲਾ ਰੱਬ ਅਰਸ਼ ਜਿਸ ਕੋ ਜੋ ਮਿਲਾ ਉਸੇ ਮਿਲਾ ਬਟਤੀ ਹੈ ਕੌਣ ਹੈ ਨਿਆਮਤ ਮਸ਼ਰ ਮਦਾ ਸ਼ਾਬਰ ਗੁਰ ਕੋ ਹੈ ਪੁਰਾਣੇ ਬਾਬੇ ਜਿਹੜੇ ਨੇ ਅੱਜ ਇਹਨਾਂ ਦੀਆਂ ਬੰਗੀਆਂ ਦਾੜੀਆਂ ਇਹ ਵੀ ਹੁਣ ਮਾਸ਼ਾਅੱਲਾ ਜੀ ਹੋਈ ਬਿੰਦ ਨਾ ਦਿਲੇ ਬਾਪ ਵੀ ਨਹੀਂ ਲੈ ਇਹ ਵੀ ਚੋਰ ਕੋਲ ਪੁੱਛਣ ਬਜਾਏ ਇਸ ਦੇ ਬਾਨ ਨੂੰ ਆਖੜ ਉਹ ਪੁੱਤਰਾ ਮੋਬਾਈਲ ਚ ਆ ਸਿਸਟਮ ਜਿਹੜਾ ਤੂੰ ਨਹੀਂ ਵਤਨਾ ਨਾ ਇਹਨਾਂ ਰੱਬ ਇਹ ਉਲਟਾ ਹੈ ਬੈਕ ਸੈਂਸ ਪੰਜਾਬੀ ਗੋੜ ਵੀ ਨਹੀਂ ਹੁੰਦੀ। ਇਮਾਨਦਾਰੀ ਨਾਲ ਦੱਸੋ ਤੁਹਾਡੀ ਇਹ ਉਮਰ ਹੈ ਐ ਐ ਵੀ ਗੁਨਾਹ ਲੈ ਕਲੋ ਛੋਰ ਜੀ ਅੱਗੇ ਰੁੜਿਆ ਜਾਂਦਾ ਤੂੰ ਇੰਨੀ ਤਿਆਰ ਪੁੱਤਰਾ ਇਹ ਫੋਨ ਸੁਣਨ ਵਾਸਤੇ ਹੁੰਦਾ ਹੈ ਇਹਦੇ ਵਿੱਚ ਛੱਡਦੇ ਆ ਜਿਹੜਾ ਨਿਜ਼ਾਮ ਤੂੰ ਨਹੀਂ ਵਤਨਾ ਹੈ ਅਗਲੇ ਬਾਬੇ ਗੱਲਾਂ ਕਰਦੇ ਆ ਡੇਰੇ ਬਹਿ ਕੇ ਡਿਊਟੀਆਂ ਚ ਬਹਿ ਕੇ ਇਹ ਘਰ ਦੇਣ ਵੀ ਬਣਾ ਗਿਆ ਅੱਲਾ ਵਾਸਤੇ ਹਜ਼ੂਰ ਨਾਲ ਤਾਂ ਦੋ ਨੰਬਰੀ ਛੱਡ ਦੇ ਹੋਏ ਜਿਵੇਂ ਦੇ ਹਾਂ ਜਿਵੇਂ ਮੰਨਦੇ ਇਹ ਇਹਨੀ ਤੇ ਗੱਲ ਕਰੀਏ ਸੁਣਿਆ ਹਾਂ ਸੱਚੇ ਸੁੱਚੇ ਤੇਰੇ ਆਉਂ ਸਾਡੇ ਕੋਲ ਅਮਲ ਕੋਈ ਨਹੀਂ ਇਹ ਕੀ ਬਈ ਤਨਾਰਾ ਬਣਾ ਮੇ ਰਸੂਲ ਮੇ ਮੌਤ ਵੀ ਕਬੂਲ ਹੈ ਹਜ਼ੂਰ ਦੇ ਖਾਕੇ ਬਣ ਕੇ ਤੂੰ ਕਦੋਂ ਮਰਨਾ ਘੋੜਿਆ
ਕਿਉਂ ਦੋ ਉਹ ਬੈਲੀ ਦੇ ਅੱਲਾ ਦੇ ਬੰਦੇ ਗੱਲ ਕਰਾ ਬਾ ਗੁਲਾਮੀ ਇਹ ਰਸੂਲ ਮੈਂ ਮੌਤ ਵੀ ਕਬੂਲ ਹੈ ਕਿਸੇ ਬੰਦੇ ਪੁੱਛਣਾ ਤੇ ਹੈ ਬਾ ਹਜ਼ੂਰ ਦੀ ਇੱਜ਼ਤ ਤੇ ਹਮਲੇ ਹੋ ਗਏ ਤੂੰ ਕਿਹੜੇ ਦੇੜੇ ਮਰ ਗਿਆ ਅੱਲਾ ਨਿਕਲਾ ਵਾਲਾ ਖੁਸ਼ਾਮ ਦੀ ਤਕਰੀਰ ਵਿੱਚ ਨਿਕਲਿਆ ਹੋਇਆ ਮੈਂ ਬੈਠਿਆ ਨਾ ਤਾਂ ਨਹੀਂ ਚੁੱਪ ਇੱਥੇ ਪੜਦੇ ਪਏ ਹੁੰਦੇ ਨੇ ਮੈਂ ਧੰਨਵਾਰ ਦੇਵਾਂ ਮੈਂ ਮਨਵਾਰ ਦੇਵਾਂ ਕੋਈ ਬੰਦਾ ਉੱਠ ਕੇ ਨਹੀਂ ਆਉਂਦਾ ਉਹ ਦਾੜੀ ਤਰਖ ਲੈ ਤਨ ਮਨ ਬਾਬਾ ਬਾਦ ਚ ਮਾਰੀ ਹੈ ਜ਼ਾਲਮਾ ਉਹ ਜਿਹੜਾ ਹਜ਼ੂਰ ਦੀ ਸ਼ਰੀਅਤ ਦਾ ਕਾਤਲ ਹੈ ਇੱਥੇ ਪੈਰ ਛੱਡ ਇਹ ਹਜ਼ਰਤ ਹਸਨ ਦੀ ਸੁਨਨਤ ਹੈ ਨਾਤ ਪੜਨਾ ਹਜ਼ਰਤ ਹਸਨ ਬੇਨਿਮਾਜ਼ੀ ਹੈ ਹਜ਼ਰਤ ਹਸਨ ਪਾਕ ਦੀ ਦਾੜੀ ਕੋਈ ਨਾ ਸਾਡੇ ਬੰਦੇ ਨਾਤ ਖਾਨ ਸਮਝਦੇ ਹੀ ਉਹਨੇ ਦੀ ਦਾੜੀ ਬਿਲਕੁਲ ਇੰਜ ਲੱਗੇ ਬਾ ਜਿਵੇਂ ਹੈ ਥੋੜੀ ਥੋੜੀ ਮਸ਼ੀਨ ਮਾਰੀ ਪਿੰਡ ਦਾ ਮੌਲਵੀ ਚੰਗੀ ਭਲੀ ਨਾਤ ਪੜ ਲੈਂਦਾ ਹੁੰਦਾ ਉਹਨ ਵਾਰੀ ਨਹੀਂ ਦਿੰਦੇ ਦੇ ਵੀ ਛੱਡ ਤੇ ਉਹਨੂੰ 100-150 ਬਾਹਰੋਂ 20,000 ਦਾ ਨਾਤ ਖਾਨ ਸਾਧ ਲੈ ਸਕ ਫਰਕ ਸਿਰਫ ਇਹ ਬਾ ਇਹ ਸ਼ੁਦਾ ਦਾੜੀ ਰੱਖੀ ਬੰਦਾ ਉਹਦੀ ਦਾੜੀ ਕਹੀ ਨਹੀਂ ਪੜ ਪਿੰਡ ਦਾ ਮੌਲਵੀ ਵੀ ਚੰਗੀ ਲੈਂਦਾ ਅੱਲਾ ਅਮਲ ਦੀ ਤੋਫੀਕ ਦਾ ਜਿਨ੍ਹਾਂ ਗੱਲਾਂ 'ਚ ਰੱਬ ਦੀ ਰਜ਼ਾ ਜਾਂ ਲਓ ਕਬੂਲ ਕਰ ਲਵੇ ਜਿਨ੍ਹਾਂ ਨੂੰ ਜਿਨ੍ਹਾਂ ਗੱਲਾਂ 'ਚ ਜ਼ਾਤੀ ਸਾਡੀ ਗੱਲਬਾਤ ਸ਼ਾਮਿਲ ਹੋਊਗੀ ਅੱਲਾ ਮਾਫੀ ਅਤਾ ਫਰਮਾਏ ਵਮਾ ਅਲੈਯਾ ਇਲਾ ਅਲ ਬਲਾਗ